इस थां दे उत्ते जिहड़ी टक्कर आ ओह हुंदी आ मोटरसाइकिल और कार दे दरमियान। ये जोड़े पए हुए आ, जुत्तियां पईयां होईयां आ, जिहड़े मोटरसाइकिल दे उत्ते जिहड़े मियां बीबी सवार सीगे, चूड़ियां टुट्टियां होईयां उस भैण दीआं। ते वीरां ने दस्सिया कि इधर वो डिग्गी होई सी भैण, रात दा नेरा सीगा ते वो भैण इधर डिग्गी सी ते वीर इत्थे डिग्गिया सीगा जिहड़ा मोटरसाइकिल दे उत्ते जिहड़ा सवार सीगा। पिंड घुद्दूवाल तो महल सिंह दे लड़के, छोटा ना उहदा भोला, वड्डा नहीं पता वी ना की उहदा, महल सिंह दे लड़के भोले दी जिहड़ी गड्डी आ अल्टो इधरों फिरोजपुर वाली साइड तो आ रही सीगी। सब तो वड्डी नलायकी तो मैं प्रशासन ते सरकार दी इह गिणदा वां वी इक हैंडीकैप्ट बंदा जिहड़ा उह गड्डी चला के लई आ रिहा पिछे फिरोजपुर। कार सवार हैंडीकैप्ट सी? बिल्कुल, जिहड़ा कार सवार सीगा, कार दा जिहड़ा ड्राइवर सीगा ਉਹ ਹੈਂਡੀਕੈਪ ਸੀਗਾ, ਉਹਦਾ ਵਾਕਰ ਵੀ ਗੱਡੀ ਦੇ ਵਿੱਚ ਪਿਆ ਸੀਗਾ, ਫਿਰੋਜਪੁਰ ਤੋਂ ਲੈ ਕੇ ਇੱਥੋਂ ਤੱਕ ਆਇਆ ਵਾ। ਪ੍ਰਸ਼ਾਸਨ ਦੀ ਇੰਨੀ ਨਿਗਹਿਲੀ ਆ, ਰਸਤੇ ਦੇ ਵਿੱਚ ਕਿੰਨੇ ਨਾਕੇ ਸੀਗੇ, ਕਿਸੇ ਨੇ ਮੈਨੂੰ ਡੱਕ ਕੇ ਨਹੀਂ ਪੁੱਛਿਆ ਵੀ ਤੂੰ ਹੈਂਡੀਕੈਪ ਆ, ਗੱਡੀ ਕਿਵੇਂ ਚਲਾ ਕੇ ਜਾ ਰਿਹਾ, ਜਾਂ ਤੂੰ ਜਿਹੜਾ ਤੇਰਾ ਲਾਇਸੈਂਸ ਕਿੱਥੇ ਆ, ਤੂੰ ਕਿਉਂ ਗੱਡੀ ਚਲਾ ਰਿਹਾ। ਇਹ ਪ੍ਰਸ਼ਾਸਨ ਅਤੇ ਸਰਕਾਰ ਦੀ ਵੀ ਨਲਾਇਕੀ ਆ। ਇਹ ਜਿਹੜੇ ਇੱਕ ਤਾਂ ਪੰਜਾਬ ਸਰਕਾਰ ਨੇ ਜਿਹੜਾ ਇਹ ਐਲਾਨ ਕੀਤਾ ਸੀ ਵੀ ਸਾਡੀ ਸਰਕਾਰ ਆਈ ਹੈ, ਅਤੇ ਕੋਈ ਵੀ ਜਿਹੜਾ ਚਾਲ ਜਿਹੜਾ ਗੱਡੀ ਚਲਾਉਂਦਾ ਵਿਅਕਤੀ ਆ ਉਹ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਊਗਾ, ਬਿਲਕੁਲ ਨਸ਼ੇ ਨਾਲ ਰਾਤੀ ਧੁੱਤ ਸੀਗਾ। ਅਖੰਡ ਬਾਣੀ ਪੰਥਕ ਮੀਡੀਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਰਿਹਾਲੀ ਪਿੰਡ ਦੇ ਜਿਹੜਾ ਅੱਡਾ ਹੈਗਾ, ਅੱਡੇ 'ਤੇ ਮੌਜੂਦ ਹਾਂ। ਜੇ ਆਪਾਂ ਰੋਡ ਦੀ ਗੱਲ ਕਰ ਲਈਏ ਤਾਂ ਮੱਲਾਂ ਵਾਲਾ ਮੱਖੂ ਰੋਡ ਆ। ਇਸ ਰੋਡ ਦੇ ਉੱਤੇ ਰਾਤ ਇੱਕ ਭਿਆਨਕ ਐਕਸੀਡੈਂਟ ਹੋਇਆ ਆ। ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਦਿੰਦੇ ਹਾਂ, ਫਿਰ ਵੀਰ ਹਣੀ ਸਾਡੇ ਨਾਲ ਨੇ, ਇਹਨਾਂ ਦੇ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ। ਇਹ ਕਾਰ ਆ, ਇਹ ਕਾਰ ਫਿਰੋਜਪੁਰ ਵਾਲੀ ਸਾਈਡ ਤੋਂ ਆ ਰਹੀ ਸੀ ਵੀਰ ਜੀ, ਫਿਰੋਜਪੁਰ ਵਾਲੀ ਸਾਈਡ ਤੋਂ ਇਹ ਕਾਰ ਆ ਰਹੀ ਸੀ, ਅਤੇ ਮੈਂ ਵੀਰ ਨੂੰ ਕਹੂੰਗਾ ਅੱਗੇ ਆਣ ਕੇ ਬੁਲਟ ਮੋਟਰਸਾਈਕਲ ਵੀ ਵਿਖਾ ਦਿੱਤਾ ਜਾਵੇ, ਫਿਰ ਗੱਲ ਪੂਰੀ ਵਿਸਥਾਰ ਨਾਲ ਦੱਸਦੇ ਹਾਂ ਕਿ ਇਹ ਹਾਦਸਾ ਹੋਇਆ ਕਿਵੇਂ ਆ, ਇਹ ਘਟਨਾ ਘਟੀ ਕਿਵੇਂ ਆ। ਆਹ ਬੁਲਟ ਮੋਟਰਸਾਈਕਲ ਆ, ਬੁਲਟ ਮੋਟਰਸਾਈਕਲ ਜਿਹੜਾ ਹੈਗਾ ਮੱਖੂ ਵਾਲੀ ਸਾਈਡ ਤੋਂ ਆ ਰਿਹਾ ਸੀ। ਜੇ ਆਪਾਂ ਗੱਲ ਕਰ ਲਈਏ ਇਸ ਪਾਸਿਓਂ ਬੁਲਟ ਮੋਟਰਸਾਈਕਲ ਆ ਰਿਹਾ ਸੀ, ਤਾਂ ਜਿਹੜਾ ਸਾਹਮਣੇ ਵਾਲੇ ਪਾਸਿਓਂ ਕਾਰ ਆ ਰਹੀ ਸੀ। ਅਤੇ ਇੱਥੇ ਆਣ ਕੇ ਜੇ ਆਪਾਂ ਹੋਰ ਪਿੱਛੇ ਆ ਜਾਈਏ, ਇਸ ਥਾਂ ਦੇ ਉੱਤੇ ਜਿਹੜੀ ਟੱਕਰ ਆ ਉਹ ਹੁੰਦੀ ਆ ਮੋਟਰਸਾਈਕਲ ਔਰ ਕਾਰ ਦੇ ਦਰਮਿਆਨ। ਇਹ ਜੋੜੇ ਪਏ ਹੋਏ ਆ, ਜੁੱਤੀਆਂ ਪਈਆਂ ਹੋਈਆਂ ਆ, ਜਿਹੜੇ ਮੋਟਰਸਾਈਕਲ ਦੇ ਉੱਤੇ ਜਿਹੜੇ ਮੀਆਂ ਬੀਬੀ ਸਵਾਰ ਸੀਗੇ, ਚੂੜੀਆਂ ਟੁੱਟੀਆਂ ਹੋਈਆਂ ਉਸ ਭੈਣ ਦੀਆਂ। ਅਤੇ ਵੀਰਾਂ ਨੇ ਦੱਸਿਆ ਕਿ ਇੱਧਰ ਉਹ ਡਿੱਗੀ ਹੋਈ ਸੀ ਭੈਣ, ਰਾਤ ਦਾ ਹਨੇਰਾ ਸੀਗਾ ਅਤੇ ਉਹ ਭੈਣ ਇੱਧਰ ਡਿੱਗੀ ਸੀ ਅਤੇ ਵੀਰ ਇੱਥੇ ਡਿੱਗਿਆ ਸੀਗਾ ਜਿਹਦਾ ਮੋਟਰਸਾਈਕਲ ਦੇ ਉੱਤੇ ਜਿਹੜਾ ਸਵਾਰ ਸੀਗਾ। ਅਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਇਸ ਥਾਂ 'ਤੇ ਐਕਸੀਡੈਂਟ ਹੋਇਆ ਵਾ ਅਤੇ ਇਹ ਤਾਂ ਜ਼ਾਹਰ ਜੀ ਗੱਲ ਆ ਵੀ ਕਾਰ ਵਾਲਾ ਗਲਤ ਆਇਆ ਆ, ਕਿਉਂਕਿ ਮੋਟਰਸਾਈਕਲ ਇੱਧਰੋਂ ਆ ਰਿਹਾ ਸੀ ਅਤੇ ਕਾਰ ਇੱਧਰੋਂ ਆ ਰਹੀ ਸੀ। ਅਤੇ ਫਿਰ ਇਹ ਤਾਂ ਜ਼ਾਹਿਰ ਹੋ ਗਿਆ ਕਿਉਂਕਿ ਸੱਜੇ ਹੱਥ ਰੋਡ 'ਤੇ ਆਪਾਂ ਖਲੋਤੇ ਹੋਏ ਹਾਂ ਕਿ ਜਿਹੜਾ ਕਾਰ ਵਾਲੇ ਦੀ ਗਲਤੀ ਆ। ਬਾਕੀ ਗੱਲਬਾਤ ਇਹਨਾਂ ਵੀਰਾਂ ਦੇ ਨਾਲ ਕਰ ਲੈਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਘਟੀ ਜੀ ਘਟਨਾ ਇਹ? ਇਹ ਘਟਨਾ ਜੀ ਤਕਰੀਬਨ ਕੋਈ ਸ਼ਾਮ 7:30 ਦਾ ਟਾਈਮ ਸੀਗਾ। ਆਪਣਾ ਰੇਸ਼ਮ ਸਿੰਘ ਜਿਹੜਾ ਪਿੰਡ ਬੂਟੇ ਵਾਲੇ ਤੋਂ ਆਪਣੇ ਪਰਿਵਾਰ ਸਮੇਤ ਆਪਣੇ ਬੁਲਟ ਮੋਟਰਸਾਈਕਲ 'ਤੇ ਜਿਹੜਾ ਮੱਖੂ ਵੱਲੋਂ ਆ ਰਿਹਾ ਸੀਗਾ, ਇੱਧਰੋਂ ਅੱਗੋਂ ਜਿਹੜੀ ਇੱਕ ਅਲਟੋ ਕਾਰ ਪਿੰਡ ਘੁੱਦੂਵਾਲ ਤੋਂ ਮਹਿਲ ਸਿੰਘ ਦੇ ਲੜਕੇ, ਛੋਟਾ ਨਾ ਉਹਦਾ ਭੋਲਾ, ਵੱਡਾ ਨਹੀਂ ਪਤਾ ਵੀ ਨਾ ਕੀ ਉਹਦਾ, ਮਹਿਲ ਸਿੰਘ ਦੇ ਲੜਕੇ ਭੋਲੇ ਦੀ ਜਿਹੜੀ ਗੱਡੀ ਆ ਅਲਟੋ ਇੱਧਰੋਂ ਫਿਰੋਜਪੁਰ ਵਾਲੀ ਸਾਈਡ ਤੋਂ ਆ ਰਹੀ ਸੀਗੀ। ਸਭ ਤੋਂ ਵੱਡੀ ਨਲਾਇਕੀ ਤਾਂ ਮੈਂ ਪ੍ਰਸ਼ਾਸਨ ਅਤੇ ਸਰਕਾਰ ਦੀ ਇਹ ਗਿਣਦਾ ਵਾਂ ਵੀ ਇੱਕ ਹੈਂਡੀਕੈਪਟ ਬੰਦਾ ਜਿਹੜਾ ਉਹ ਗੱਡੀ ਚਲਾ ਕੇ ਲਈ ਆ ਰਿਹਾ ਪਿੱਛੇ ਫਿਰੋਜਪੁਰ। ਕਾਰ ਸਵਾਰ ਹੈਂਡੀਕੈਪਟ ਸੀ? ਬਿਲਕੁਲ, ਜਿਹੜਾ ਕਾਰ ਸਵਾਰ ਸੀਗਾ, ਕਾਰ ਦਾ ਜਿਹੜਾ ਡਰਾਈਵਰ ਸੀਗਾ ਉਹ ਹੈਂਡੀਕੈਪ ਸੀਗਾ, ਉਹਦਾ ਵਾਕਰ ਵੀ ਗੱਡੀ ਦੇ ਵਿੱਚ ਪਿਆ ਸੀਗਾ, ਫਿਰੋਜਪੁਰ ਤੋਂ ਲੈ ਕੇ ਇੱਥੋਂ ਤੱਕ ਆਇਆ ਵਾ। ਪ੍ਰਸ਼ਾਸਨ ਦੀ ਇੰਨੀ ਨਿਗਹਿਲੀ ਆ, ਰਸਤੇ ਦੇ ਵਿੱਚ ਕਿੰਨੇ ਨਾਕੇ ਸੀਗੇ, ਕਿਸੇ ਨੇ ਮੈਨੂੰ ਡੱਕ ਕੇ ਨਹੀਂ ਪੁੱਛਿਆ ਵੀ ਤੂੰ ਹੈਂਡੀਕੈਪ ਆ, ਗੱਡੀ ਕਿਵੇਂ ਚਲਾ ਕੇ ਜਾ ਰਿਹਾ, ਜਾਂ ਤੂੰ ਜਿਹੜਾ ਤੇਰਾ ਲਾਇਸੈਂਸ ਕਿੱਥੇ ਆ, ਤੂੰ ਕਿਉਂ ਗੱਡੀ ਚਲਾ ਰਿਹਾ। ਇਹ ਪ੍ਰਸ਼ਾਸਨ ਅਤੇ ਸਰਕਾਰ ਦੀ ਵੀ ਨਲਾਇਕੀ ਆ। ਉਸ ਤੋਂ ਬਾਅਦ ਜਿਹੜੀ ਇੱਥੇ ਉਹਨਾਂ ਦੀ ਆਪਸ 'ਚ ਟੱਕਰ ਹੋ ਜਾਂਦੀ ਆ ਬੁਲਟ ਮੋਟਰਸਾਈਕਲ ਦੀ ਅਤੇ ਅਲਟੋ ਦੀ, ਦੂਜੀ ਸਾਈਡ 'ਤੇ ਲਿਆ ਕੇ ਅਲਟੋ ਗੱਡੀ ਵਾਲਾ ਜਿਹੜਾ ਵਾ ਚਾਲਕ ਆ ਉਹ ਰੇਸ਼ਮ ਸਿੰਘ ਦੇ ਬੁਲਟ ਮੋਟਰਸਾਈਕਲ ਦੇ ਵਿੱਚ ਗੱਡੀ ਮਾਰਦਾ ਵਾ। ਜਦੋਂ ਗੱਡੀ ਦੀ ਹਿੱਟ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਬਹੁਤ ਭਿਆਨਕ ਟੱਕਰ ਹੁੰਦੀ, ਤੁਸੀਂ ਤਸਵੀਰਾਂ ਵੇਖ ਹੀ ਲਈਆਂ ਵਾ। ਉਸ ਦੇ ਵਿੱਚ ਜਿਹੜਾ ਉਹਨੂੰ ਅਸੀਂ ਆਰਮੀ ਹੋਸਪਿਟਲ ਦੇ ਵਿੱਚ ਫਿਰੋਜਪੁਰ ਜਿਹੜਾ ਉਹਨਾਂ ਦੋ ਜੀਆਂ ਨੂੰ ਉੱਥੇ ਐਡਮਿਟ ਕਰਵਾਇਆ ਜਾ ਕੇ, ਉੱਥੇ ਜਿਹੜੀਆਂ ਰਿਪੋਰਟਾਂ ਮੁਤਾਬਕ ਜਿਹੜੀਆਂ ਦੋ ਵਾਈਫ ਦੀ ਅਤੇ ਇਹਦੀ ਰੇਸ਼ਮ ਸਿੰਘ ਦੀ ਮੋਟੇ ਪੱਟ ਦੇ ਕੋਲੋਂ ਜਿਹੜੀ ਲੱਤ ਆ ਉਹ ਫੈਕਚਰ ਹੋ ਗਈ ਆ, ਬੁਰੀ ਹਾਲਤ ਆ। ਅਤੇ ਜਿਹੜਾ ਮੁੰਡਾ ਵਾ ਰੇਸ਼ਮ ਸਿੰਘ ਉਹ ਇਸ ਟਾਈਮ ਜਿਹੜਾ ਆਰਮੀ ਦੀ ਜਿਹੜੀ ਜੋਬ 'ਤੇ ਜੁਆਇਨ ਕਰ ਸੀਗਾ। ਪੰਜਾਬ ਸਰਕਾਰ ਨੂੰ ਇਹ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਵਾਰ ਵਾਰ ਇਹ ਵੱਡੇ ਵੱਡੇ ਹਾਦਸੇ ਜਿਹੜੇ ਸੜਕਾਂ ਦੇ ਉੱਪਰ ਹੋ ਰਹੇ ਆ, ਇਹ ਜਿਹੜੇ ਇੱਕ ਤਾਂ ਪੰਜਾਬ ਸਰਕਾਰ ਨੇ ਜਿਹੜਾ ਇਹ ਐਲਾਨ ਕੀਤਾ ਸੀ ਵੀ ਸਾਡੀ ਸਰਕਾਰ ਆਈ ਹੈ ਅਤੇ ਕੋਈ ਵੀ ਜਿਹੜਾ
चाल जिहड़ा गड्डी चलाउंदा व्यक्ति आ उह शराब पी के गड्डी नहीं चलाऊगा, बिल्कुल नशे नाल राती धुत सीगा। इन्हां नूं पैलसां दे अगे खड़े कीते बंदे कहिंदे वी दारू पी के नहीं निकल देना, ते फिर जिहड़ा पैलस चों नहीं निकलिया जिवें मर्जी रज के दारू नाल गड्डियां लई फिरे। बिल्कुल उही असीं कहना चाहुंदे आ पंजाब सरकार नूं वी कुंभकर्णी नहीं देना, तुसीं सुते रहो, सिर्फ अखबारी डड्डू बन के बयान ना दिओ, इहनूं ग्राउंड लैवल ते आ के अपने प्रशासन नूं वी ध्यान दे विच लवो ते आपदियां जिहड़ियां तुसीं गल्लां कहियां उहनां दी पालना वी करो, उहनां ते जिहड़ा पहरा वी दिओ, क्योंकि राती जिहड़ा ए अल्टो गड्डी दा कार चालक सीगा बिल्कुल नशे दे नाल शराब दे नाल धुत सीगा। तीन गड्डियां गड्डी दे विच वी जिहड़ियां मौके ते पईयां सी तुसीं अजे वी शायद पईयां होण वेख सकदे जे ना कड्डियां होण ते। इस करके साडी पंजाब सरकार नूं वी बेनती आ, प्रशासन नूं बेनती आ ते प्रशासन तों मंग करदे आ कि इहदे बरखलाफ जिहड़ी आ कानूनी सख्त कानूनी कारवाई होणी चाहीदी आ, तां जो इस तरह दे जिहड़े आउण वाले समें दे विच होर जिहड़े आ एक्सीडेंट दुर्घटनावां इहनां तों बचिया जा सके। तीन बोतलां दारू दीआं गड्डी दे विच पईयां होईयां सी, बिल्कुल मौजूदा पईयां होईयां सी साडे कोल, जे शायद वीडियो बनी हुई तो तुहानूं वीडियो भी दे दिंदे आ, हुण जे विच होईयां तां शायद तुसीं वेख सकदे जे पता कोई नहीं रात लै गए हुण कढ के, बिल्कुल राती उह नशे नाल धुत सीगा। तीन बोतलां जिहड़ियां गड्डी दे विच शराब दीआं पईयां सीगीआं। चंगा जी, इह तां उह गल हो गई, इक खाण पाउंदे हुंदे साडे सियाणे, उह कहिंदे हुंदे इक तां है कमली ते उत्तों सिव्यां दे राह पै गई, इक तां है हैंडीकैप्ट। वीर ने दस्सिया कि वाकर दे उत्ते तुरदा आ, उत्तों शराब पीती हुई आ ते गड्डी दे विच वी शराब रखी हुई आ, फिर तां जिहनूं मर्जी वीर जी जिहड़ा मर्जी मार के तुर जूगा। ਉਹੀ ਤਾਂ ਗੱਲ, ਇਹ ਤਾਂ ਜੰਗਲ ਰਾਜ ਬਣਿਆ ਪਿਆ ਜੀ। ਜੇਕਰ ਮੈਂ ਪਹਿਲਾਂ ਵੀ ਕਿਹਾ ਵੀ ਆਪਣੇ ਪ੍ਰਸ਼ਾਸਨ ਦੀ ਅਤੇ ਸਰਕਾਰ ਦੀ ਨਿਗੇਲੀ ਹੈ, ਪਿੱਛੋਂ ਫਿਰੋਜ਼ਪੁਰ ਤੋਂ ਚੱਲਿਆ ਮਖੂ ਦੇ ਲਾ ਕੇ ਆ ਗਿਆ, 25-26 ਕਿਲੋਮੀਟਰ ਚੱਲ ਕੇ ਆ ਗਿਆ, ਰਸਤੇ ਦੇ ਵਿੱਚ ਹਾਰ ਫਿਕਰ ਨਾਕ ਆਉਂਦਾ ਵਾ, ਫਿਰੋਜ਼ਪੁਰ ਦੇ ਵਿੱਚ 2-3 ਨਾਕ ਆ, ਇਹਨੂੰ ਕਿਸੇ ਨੇ ਡੱਕਿਆ ਹੀ ਨਹੀਂਗਾ ਵੀ ਤੂੰ ਹੈਂਡੀਕੈਪਟ ਗੱਡੀ ਚਲਾ ਰਿਹਾ। ਸਭ ਤੋਂ ਵੱਡੀ ਨਿਰੇਕੀ ਪ੍ਰਸ਼ਾਸਨ ਦੀ ਅਤੇ ਸਰਕਾਰ ਦੀ ਇਸ 'ਤੇ, ਸਰਕਾਰ ਨੂੰ ਵੀ ਇਸ ਵੱਲ ਜਿਹੜਾ ਖਾਸ ਧਿਆਨ ਦੇਣਾ ਚਾਹੀਦਾ ਅਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਖਾਸ ਧਿਆਨ ਜਿਹੜਾ ਦੇਣਾ ਚਾਹੀਦਾ। ਤੁਸੀਂ ਨਾਕਿਆਂ 'ਤੇ ਖੜ੍ਹੇ ਜੇ, ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਜਿਹੜਾ ਸੜਕ ਤੋਂ ਜਾ ਰਿਹਾ ਵਿਅਕਤੀ ਉਹਦੀ ਤੁਸੀਂ ਚੈਕਿੰਗ ਕਰੋ ਵੀ ਸ਼ਾਮ ਦਾ ਵੇਲਾ ਇਹਨੇ ਦਾਰੂ ਤਾਂ ਨਹੀਂ ਪੀਤੀ ਗੱਡੀ ਲਿਜਾ ਰਿਹਾ ਵਾ, ਜਾਂ ਇਹ ਗੱਡੀ ਚਲਾਉਣ ਦੇ ਲਾਇਕ ਵੀ ਹੈਗਾ ਜਾਂ ਨਹੀਂ ਹੈਗਾ, ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਆ। ਬਿਲਕੁਲ, ਜੇ ਆਪਾਂ ਗੱਲ ਕਰ ਲਈਏ ਪਿਛਲੇ ਕੁਝ ਦਿਨਾਂ ਤੋਂ ਬੜਾ ਸਰਗਰਮ ਇਸ ਗੱਲ 'ਤੇ ਪੁਲਿਸ ਹੋਈ ਕਿ ਜਿਹੜੀਆਂ ਸਰਕਾਰੀ ਨੰਬਰ ਪਲੇਟਾਂ ਜਿਹੜੀਆਂ ਗੱਡੀਆਂ ਨੂੰ ਨਹੀਂ ਲੱਗੀਆਂ ਉਹਨਾਂ ਦੇ ਚਲਾਨ ਧੜਾ ਧੜ ਕੱਟੇ ਜਾ ਰਹੇ ਆ। ਕੀ ਉਹ ਸਾਰਾ ਕੁਝ ਸਿਰਫ ਦਿਨ ਦੇ ਵੇਲੇ ਆ? ਰਾਤ ਦੇ ਵੇਲੇ ਕੋਈ ਵੀ ਆਪਾਂ ਕਦੇ ਮੁਲਾਜ਼ਮ ਸੜਕਾਂ 'ਤੇ ਦੇਖਦੇ ਹੀ ਨਹੀਂ, ਜਿਹੜਾ ਮਰਜ਼ੀ ਜਿਵੇਂ ਦੱਸ ਦਿੱਤਾ ਕਿ ਸ਼ਰਾਬ ਨਾਲ ਰੱਜਿਆ ਹੋਇਆ ਵਿਅਕਤੀ ਜਿਹੜਾ ਹੈਂਡੀਕੈਪਟ ਵਿਅਕਤੀ ਹੈ ਉਹ ਇੱਕ ਫੌਜੀ ਜਵਾਨ ਨੂੰ, ਫੌਜੀ ਜਵਾਨ ਸੀਗਾ ਵੀ, ਫੌਜੀ ਜਵਾਨ, ਹਾਂ ਫੌਜੀ ਜਵਾਨ ਨੂੰ ਇੱਥੇ ਮੋਏ ਮਰੇ ਦੀ ਹਾਲਤ ਵਿੱਚ ਸਿੱਟ ਕੇ ਚਲਾ ਗਿਆ। ਬਿਲਕੁਲ ਜੀ, ਫੌਜੀ ਜਵਾਨ ਸੀਗਾ, ਉਹਨੂੰ ਜੇਕਰ ਲਾਗੇ ਦੇ ਸਾਡੇ ਇੱਥੋਂ ਨਾਲ ਸੱਜਣ ਮਿੱਤਰ ਨੂੰ ਨਾ ਚੁੱਕਦੇ ਤਾਂ ਸਾਨੂੰ ਵੀ ਪਿੰਡ ਨਹੀਂ ਸੀ ਪਤਾ ਲੱਗਣਾ, ਹੋ ਸਕਦਾ ਉਹਦੀ ਮੌਤ ਹੋ ਜਾਂਦੀ ਦੋਵਾਂ ਜੀਆਂ ਦੀ। ਇਸ ਕਰਕੇ ਜਿਹੜੀ ਤੁਸੀਂ ਸਰਕਾਰੀ ਨੰਬਰ ਪਲੇਟਾਂ ਦੀ ਗੱਲ ਕੀਤੀ, ਮੈਂ ਪਹਿਲਾਂ ਕਿਹਾ ਵੀ ਪੰਜਾਬ ਸਰਕਾਰ ਜਿਹੜੀ ਅਖਬਾਰੀ ਡੱਡੂਆਂ ਸਿਰਫ ਦਿਨੇ ਉਹਨਾਂ ਨੂੰ ਚੈਕਿੰਗ ਕਰੋ, ਲੋਕਾਂ ਨੂੰ ਹਰੈਸਮੈਂਟ ਕਰ ਲਓ, ਖਰਾਬ ਕਰ ਲਓ ਲੋਕਾਂ ਨੂੰ ਵੀ ਤੁਸੀਂ ਜਿਹੜੇ ਆ ਨੰਬਰ ਪਲੇਟਾਂ ਨੇ ਲਈਆਂ ਚਲਾਨ ਕੱਟ ਲਓ। ਜਿਹੜਾ ਪ੍ਰਸ਼ਾਸਨ ਆ ਮੌਕੇ 'ਤੇ ਇਹ ਵੀ ਤੁਹਾਨੂੰ ਵਿਖਾ ਦਿਆਂਗੇ, ਮੱਲਾਂ ਵਾਲੇ ਤੋਂ ਲੈ ਕੇ ਮਖੂ ਤੱਕ ਜਿੰਨੇ ਵੀ ਟ੍ਰੈਫਿਕ ਇੰਚਾਰਜ ਹੁੰਦੇ ਆ ਇੱਥੇ ਖੜੇ ਨੇ, ਸਿਰਫ ਇਹਨਾਂ ਨੇ ਆਪਣੀਆਂ ਜਿਹੜੀਆਂ ਦੁਕਾਨਾਂ ਬਣਾਈਆਂ ਜਿੱਥੇ ਇਹਨਾਂ ਦਾ ਜੀ ਕਰਦਾ ਗੱਡੀਆਂ ਲਾ ਕੇ ਖੜੋ ਜਾਂਦੇ ਆ। ਜਿਹੜਾ ਇਹਨਾਂ ਨੂੰ 200 ਰੁਪਈਆ ਦੇ ਗਿਆ ਉਹ ਨਗਾ ਤਾ, ਜਿਹੜਾ ਜਿਹਨੇ ਨੂੰ ਨਹੀਂ ਦਿੱਤਾ ਉਹਨੂੰ ਕਿਹਾ ਵੀ ਤੇਰਾ ਚਲਾਨ ਹੋਊਗਾ ਜਾਂ ਰੁਪਈਆ 200 ਦੇ। ਇਸ ਕਰਕੇ ਜਿਹੜੀ ਆਮ ਜਨਤਾ ਦੀ ਬਹੁਤ ਲੋਟ ਕਰ ਰਿਹਾ ਪੰਜਾਬ ਸਰਕਾਰ, ਜਿਹੜੀ ਕਹਿੰਦੀ ਅਸੀਂ ਸਰਕਾਰੀ ਨੰਬਰ ਪਲੇਟਾਂ ਠੀਕ ਆ, ਤੁਸੀਂ ਕਿਹਾ ਵਾ ਸਰਕਾਰੀ ਨੰਬਰ ਪਲੇਟਾਂ ਵਾਹਨਾਂ ਨੂੰ ਲੱਗਣੀਆਂ ਚਾਹੀਦੀਆਂ, ਪਰ ਰਾਤ ਵੇਲੇ ਵੀ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਆਪਦੀ ਡਿਊਟੀ 'ਤੇ ਤਾਇਨਾਤ ਨਾਕਿਆਂ ਦੇ ਉੱਤੇ ਉਹਨਾਂ ਰਾਤ ਵੇਲੇ ਵੀ ਜਿਹੜਾ ਇਹ ਗੱਡੀਆਂ ਜਿਹੜੀਆਂ ਚੈਕਿੰਗ ਕਰਕੇ ਚਲੰਘਾਉਣੀ ਚਾਹੀਦੀ, ਕਿਸੇ ਨੇ ਪੈਗ ਤਾਂ ਨਹੀਂ ਜ਼ਿਆਦਾ ਲਾਇਆ, ਜਾਂ ਕਿਸੇ ਨੇ ਨਸ਼ਾ ਤਾਂ ਨਹੀਂ ਕੋਈ ਕੀਤਾ ਹੋਇਆ, ਜਾਂ ਮੈਂ ਪਹਿਲਾਂ ਕਿਹਾ ਵੀ ਗੱਡੀ ਚਲਾਉਣ 'ਤੇ ਬੰਦਾ ਲੈ ਕੇ ਹੈਗਾ ਵਾ ਹੈਂਡੀਕੈਪ ਤਾਂ ਨਹੀਂ, ਗੱਡੀ ਕਿਵੇਂ ਚਲਾ ਰਿਹਾ ਉਹਦਾ ਲਾਇਸੈਂਸ ਚੈੱਕ ਕਰੀਏ, ਇਹ ਫਾਰਮੈਲਿਟੀਆਂ ਸਾਰੀਆਂ ਪ੍ਰਸ਼ਾਸਨ ਨੂੰ ਦੇਖਣੀਆਂ ਚਾਹੀਦੀਆਂ ਅਤੇ ਪ੍ਰਸ਼ਾਸਨ ਦੇ ਉੱਪਰ ਜਿਹੜੀ ਪੰਜਾਬ ਸਰਕਾਰ ਉਹਦੇ ਵੀ ਧਿਆਨ 'ਚ ਲਿਆਉਣੇ ਆ ਵੀ ਥੋੜ੍ਹਾ ਜਿਹਾ ਪ੍ਰਸ਼ਾਸਨ ਦੇ ਵੱਲ ਥੋੜ੍ਹੀ ਜਿਹੀ ਉਹਦੀ ਨਜ਼ਰ ਦੀ ਨਜ਼ਰ ਕਰੋ। ਜੇ ਆਪਾਂ ਇਲਾਕੇ ਦੀ ਗੱਲ ਕਰ ਲਈਏ, ਇਹ ਮਖੂ ਥਾਣੇ ਦੇ ਵਿੱਚ ਪੈਂਦਾ ਜਾਂ ਮੱਲਾਂ ਵਾਲਾ ਥਾਣੇ ਦੇ ਵਿੱਚ ਪੈਂਦਾ? ਜਿਹੜਾ ਪਿੰਡ ਆਪਣਾ ਬੂਟੇ ਵਾਲਾ ਉਹ ਮੱਲਾਂ ਵਾਲੇ ਥਾਣੇ 'ਚ ਪੈਂਦਾ, ਜਿੱਥੇ ਵਾਕਾ ਹੋਇਆ ਵਾ ਇਹ ਜਿਹੜਾ ਮਖੂ ਥਾਣੇ ਦੇ ਵਿੱਚ ਪੈਂਦਾ ਵਾ। ਹੁਣ ਕੋਈ ਕਾਰਵਾਈ ਆਰੰਭੀ ਗਈ ਹੈ ਜਿਹੜੀ ਸਰਕਾਰੀ ਕਾਰਵਾਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਰੰਭੀ ਗਈ ਹੈ ਜਾਂ ਨਹੀਂ ਹੈ? ਰਾਤ ਮੇਰੀ SHO ਮਖੂ ਸਾਹਿਬ ਨਾਲ ਵੀ ਗੱਲ ਹੋਈ ਸੀ ਜਤਿੰਦਰ ਸਿੰਘ ਗਲੋਰੀ ਨਾਲ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮੁਲਾਜ਼ਮ ਚਿਰਮਲ ਸਿੰਘ SI ਇੱਥੇ ਪਹੁੰਚਿਆ ਸੀਗਾ, ਉਹਨਾਂ ਨੂੰ ਅਸੀਂ ਮੌਕੇ 'ਤੇ ਰਾਤੀ ਜਿਹੜੇ ਉਹ ਮਹਿਲ ਸਿੰਘ ਜਿਹੜਾ ਘੁੱਦੂ ਵਾਲਾ ਜੀ ਦਾ ਗੱਡੀ ਵਾਲਾ ਅਤੇ ਨਾਲ ਉਹਦਾ ਬੇਟਾ ਜਿਹੜਾ ਭੋਲਾ, ਦੋਵਾਂ ਨੂੰ ਜਿਹੜਾ ਮੌਕੇ ਤੋਂ ਪੁਲਿਸ ਇੱਥੋਂ ਅਰੈਸਟ ਕਰਕੇ ਲੈ ਕੇ ਗਈ ਆ। ਉਸ ਤੋਂ ਬਾਅਦ ਜਿਹੜੀ ਮੇਰੀ DSP ਸਾਹਿਬ ਨਾਲ ਵੀ ਗੱਲ ਹੋਈ ਪਰਮਿੰਦਰ ਸਿੰਘ ਨਾਲ, ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਜਿਹੜੇ ਉਹਨਾਂ ਵਿਸ਼ਵਾਸ ਦਵਾਇਆ ਵੀ ਜਿਹੜੀ ਸੁਭਾ ਗਲੇਰੀ ਜਿਹੜੀ ਕਾਰਵਾਈ ਆ ਉਹ ਜਿਹੜੀ ਆ ਧਿਆਨ ਦੇ ਵਿੱਚ ਲਿਆਂਦੀ ਜਾਊਗੀ, ਪ੍ਰਸ਼ਾਸਨ ਤੋਂ ਇਹ ਬੇਨਤੀ ਕਰਦੇ ਹਾਂ ਵੀ ਜਿਹੜਾ ਇਨਸਾਫ ਹੋਣਾ ਚਾਹੀਦਾ ਇਹਦੇ ਵਿੱਚ। ਬਿਲਕੁਲ, ਪ੍ਰਸ਼ਾਸਨ ਤੋਂ ਬੇਨਤੀ, ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਆਪਣੇ ਮਾਧਿਅਮ ਦੇ ਰਾਹੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਭਾਈ ਜੇ ਕੁੰਭ ਕਰਨ ਦੀ ਨੀਂਦ ਦੇ ਵਿੱਚ ਸੁੱਤੀ ਹੋਈ ਆ ਤਾਂ ਸਰਕਾਰ ਜ਼ਰੂਰ ਜਾਗੇ,
क्योंकि अजिहां घटनावां हर रोज़ वेखन नूं मिल रही हैं। हर रोज़ किते ना किते अजिही घटना घट जांदी है, किते ना किते नशेड़ियां दे वल्लों जां शराबियां दे वल्लों किसे भी मां दे पुत नूं किसे भी मां दी धी नूं शरेआम रोड दे उत्ते मार के सिट दित्ता जांदा आ। ये गड्डी आ, वीर नूं कहूंगा दोबारा इस गड्डी दीआं तस्वीरां अगों पिछों नंबर प्लेट दीआं तस्वीरां सांझियां कर दित्तियां जाण। कोशिश करांगे इत्थे खून भी लग्या होया शायद, कोशिश करांगे थाना मखू दे विच भी जावांगे, उत्थे जाके उन्हां कोलों पुछण दी कोशिश भी करांगे कि की इस बंदे दे कोल लाइसेंस सीगा, जे लाइसेंस सीगा ते इहनूं लाइसेंस दित्ता किने, क्योंकि सवाल यह भी खड़ा होंदा जिहड़ा बंदा हैंडीकैप्ट आ उहनूं लाइसेंस मिलिया किद्दां, जे उहदे कोल लाइसेंस नहीं सीगा ते फिर इह व्यक्ति कार किवें चला रिहा सी, क्योंकि किते ना किते प्रशासन दा फेलीअर तां है ही आ। जेकर लाइसेंस उहदे कोल है तां फिर भी प्रशासन दा फेलीअर आ, जे उहदे कोल लाइसेंस नहीं आ ते फिर भी प्रशासन दा फेलीअर जरूर हैगा। वीर काबल सिंह बूटे वाला साडे नाल, वीर जी की कहना चाहोगे? तस्वीर बहुत माड़ी गल होई आ, आपणा भतीजा ही। अच्छा जी। ते नौ ही आपणी तो दोवें आ रहे सी महू वल्लों ते साढे सादा टाइम सीगा ते इह बंदा जिहड़ा इह कुद्दू वड़दा सी ते इह रज्जा शराब दा आ रहा सीगा ते इहने उत्थों दोनों ही गड्डी जिहड़ी आ उह इधर इहनूं वड़ती आ फोली, उहने कोशिश कीती आपदी पूरी बचाउण दी ते इहने विच मारी गड्डी दोवां दे, ਉਹਨਾਂ ਦੋਵਾਂ ਦੀਆਂ ਇੱਥੇ ਮੋਟੇ ਪੱਟੋ ਲੱਤ ਟੁੱਟ ਗਈਆਂ, ਕੁੜੀ ਦੀ ਟੁੱਟ ਗਈ ਤੇ ਮੁੰਡੇ ਦੀ ਟੁੱਟ ਗਈ। ਦੱਸਿਆ ਜਾ ਰਿਹਾ ਹੈਂਡੀਕੈਪਟ ਸੀਗਾ। ਹਾਂ, ਹੈਂਡੀਕੈਪਟ ਸੀਗਾ, ਵਿੱਚ ਪਿਆ ਹੈ ਵੱਖਰੀ ਉਹਦਾ। ਫਿਰ ਪ੍ਰਸ਼ਾਸਨ ਜਦੋਂ ਆਇਆ ਉਹਨਾਂ ਨੇ ਆ ਕੇ ਉਹਨੂੰ ਲਾਇਆ ਵੀ ਆ ਤੇ ਉਹਨਾਂ ਨੇ ਮੁੜ ਕੇ ਆ ਕੇ ਲਾ ਕੇ ਤੇ ਉਹਨੂੰ ਲਗਾਏ ਵੀ ਉਹ ਤੋਰ ਕੇ, ਉਹ ਵੀਡੀਓ ਬਣੀਆਂ ਆਪਣੇ ਵਾਕਰ ਦੇ ਨਾਲ ਗੱਡੀ 'ਚ ਲਗਾਏ ਬਿਠਾ ਕੇ। ਹਾਂ, ਇਨਸਾਫ਼ ਦੀ ਉਮੀਦ ਹੈ, ਇਨਸਾਫ਼ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਕਰਨਾ, ਤੇ ਜੋ ਵੀ ਆਉਂਦੀ ਕਾਰਵਾਈ ਆ ਉਹ ਪੂਰੀ ਕਰਨੀ ਚਾਹੀਦੀ ਆ, ਕਿਉਂਕਿ ਇਹ ਤਾਂ ਕਈਆਂ ਨੂੰ ਮਾਰ ਦਿੰਦਾ। ਇਹਨੇ ਤਾਂ ਇੱਥੇ ਆ ਕੇ ਹਿਸਾਬ ਨਾਲ ਵੀ ਉਹ ਆਪਣੇ ਪਿੰਡ ਹੀ ਆ ਗਏ ਤੇ ਪਿੰਡ ਆ ਕੇ ਤੇ ਉਹਨਾਂ ਨੂੰ ਇਹਨਾਂ ਦੇ ਇਹਨੇ ਗੱਡੀ ਮਾਰਤੀ ਵਿੱਚ। 25-26 ਕਿਲੋਮੀਟਰ ਫਿਰੋਜ਼ਪੁਰ ਤੋਂ ਚੱਲ ਕੇ ਇੱਥੇ ਪਹੁੰਚਿਆ। ਨੌਜਵਾਨ ਮੁੰਡਾ, ਥੋੜ੍ਹੀ ਉਮਰ ਸੀ ਅਜੇ ਹਿਸਾਬ ਨਾਲ 26-27 ਸਾਲ ਦੀ, 26 ਸਾਲ ਦੀ ਮੁੰਡੇ ਦੀ ਉਮਰ ਤੇ ਆਰਮੀ 'ਚ ਭਰਤੀ ਸੀ। ਉਦੋਂ ਇਹ ਦੁਕਾਨਾਂ ਖੁੱਲੀਆਂ ਹੋਈਆਂ ਸੀ, ਮੁੰਡਿਆਂ ਦੁਕਾਨਾਂ ਖੁੱਲੀਆਂ ਸੀ। ਇਹ ਮੁੰਡਾ ਹੈਗਾ ਅਰਜਨ ਆਪਣੇ ਇੱਥੇ ਆਵੇ, ਇਹ ਕੰਮ ਕਰਦਾ ਇੱਥੇ ਵਿਚਾਰਾ ਆਪਣਾ ਕਾਟਿੰਗ ਦਾ, ਉਹ ਮੁੰਡੇ ਆਪਣੇ ਪਿੰਡ ਦੇ ਕਾਟਿੰਗ ਦਾ, ਇਹ ਮਜੂਸ ਸੀ ਮੌਕੇ ਵੀਰ ਜੀ ਆਇਓ ਮਾੜੇ ਇਹ ਮੌਕੇ ਤੇ ਮਜੂਸ ਸੀਗਾ, ਇਹਨੇ ਵਿਚਾਰੇ ਪਿੰਡ ਦਾ ਕਰਕੇ ਤੇ ਇਹਨੇ ਵੇਖਿਆ ਤੇ ਚਲੋ ਨੂੰ ਚੱਕਿਆ ਤੇ ਚੱਕ ਕੇ ਫਿਰ ਪਿੰਡ ਸਾਨੂੰ ਫੋਨ ਲਾਇਆ, ਅਸੀਂ ਆਏ ਫਿਰ ਗੱਡੀਆਂ ਲੈ ਕੇ ਅਸੀਂ ਚੱਕ ਕੇ ਫਿਰ ਆਰਮੀ ਹਸਪਤਾਲ ਫਿਰੋਜ਼ਪੁਰ ਲਗਾਏ। ਹਾਂਜੀ ਵੀਰ ਜੀ, ਇੱਕ ਤਾਂ ਉਹਦੀ ਗਲਤੀ ਹੈ ਹੀ ਆ ਕਿ ਉਹ ਹੈਂਡੀਕੈਪਟ ਸੀ, ਦੂਜੀ ਗੱਲ ਇਹ ਵੀ ਨਿਕਲ ਕੇ ਆਈ ਆ ਕਿ ਗੱਡੀ ਦੇ ਵਿੱਚ ਸ਼ਰਾਬ ਵੀ ਸੀ ਜਾਂ ਉਹਨੇ ਸ਼ਰਾਬ ਪੀਤੀ ਵੀ ਹੋਈ ਸੀ। ਬਿਲਕੁਲ ਜੀ, ਅਗਲੀ ਸੀਟ ਤੇ ਦੋ ਬੋਤਲਾਂ ਵੀ ਸ਼ਰਾਬ ਦੀਆਂ ਅੱਧੀਆਂ ਪਈਆਂ ਸੀ, ਬਾਅਦ 'ਚ ਕੋਈ ਇਹਨਾਂ ਦੇ ਸੂਤ ਵਾਲਾ ਬੰਦਾ ਆਇਆ ਤੇ ਉਹਨੇ ਚੁੱਕ ਕੇ ਪਿਛਲੇ ਬੰਨੇ ਡਿੱਗੀ ਦੇ ਵਿੱਚ ਰੱਖ ਦਿੱਤੀਆਂ ਤੇ ਮੇਰੇ ਨਾਲ ਵੀ ਉਹ ਕਾਫੀ ਤਾਂ ਠਾਂ ਬੋਲਿਆ। ਹਾਂਜੀ ਹਾਂਜੀ, ਤੇ ਬਿਲਕੁਲ ਦਾਰੂ ਦੇ ਨਸ਼ੇ ਸੀ, ਬਿਲਕੁਲ ਗੱਡੀ ਚਲਾਉਣ ਦੇ ਲਾਇਕ ਵੀ ਨਹੀਂ ਬੰਦਾ, ਠੀਕ ਆ, ਮੌਤ ਹੀ ਜਾਣੀ ਕਿ ਸੜਕ ਦੇ ਉੱਤੇ ਨੱਚ ਰਹੀ ਹੈ ਜਿਹੋ ਜਿਹਾ ਬੰਦਾ। ਹਾਂ, ਕਿਸੇ ਨੂੰ ਵੀ ਲੈ ਸਕਦੀ, ਇੱਥੇ 4 ਜਾਣੇ ਹੋਰ ਮੁੰਡੇ ਰੇਲਵੇ ਦੇ ਵਿੱਚ ਡਿਊਟੀ ਕਰਦੇ ਆ, ਉਹ ਇੱਥੇ ਜਾ ਰਹੇ ਸੀ, ਉਹਨਾਂ ਤੋਂ ਬਚੇ ਆ, ਉਹ ਮਹਾਂ ਬਚੇ ਗੱਡੀ ਦੇ ਵੱਜਣਾਂ ਵਿੱਚ, ਬਾਅਦ 'ਚ ਇਹ ਦੂਜਾ ਮੋਟਰਸਾਈਕਲ ਦੇ ਵਿੱਚ ਵੱਜ ਗਈ, ਇਹ ਤਾਂ ਜਮ੍ਹਾਂ ਆਪਦੇ ਸਾਈਡ ਆਉਣ ਡਿਆ ਕਿਤੇ ਤੇ ਦੂਜਾ ਇੱਧਰ ਲਿਆ ਮਾਰੀ ਜਮ੍ਹਾਂ ਆਊਟ ਸਾਈਡ ਹੀ ਜਮ੍ਹਾਂ ਕਿਹਨੇ ਸ਼ਰਾਬ ਹੁਣ ਪਈ ਗੱਡੀ ਦੇ ਵਿੱਚ ਆਪਾਂ ਦੇਖੀਏ। ਅੱਛਾ, ਪ੍ਰਸ਼ਾਸਨ ਲੈ ਗਿਆ, ਪੁਲਿਸ ਵਾਲੇ ਸ਼ਰਾਬ ਪਈ ਸੀ, ਪੁਲਿਸ ਵਾਲੇ ਲੈ ਗਏ ਮੇਰੇ ਸਾਨੂੰ ਬੋਤਲਾਂ ਕੱਢ ਕੇ। ਜੇ ਤੁਹਾਡੇ ਕੋਲ ਕਿਸੇ ਕੋਲ ਵੀਡੀਓ ਹੈਗੀ ਜਿੰਨੇ ਵੀਰ ਇੱਥੇ ਹੈਗੇ ਆ, ਵੀਡੀਓ ਸਾਨੂੰ ਜ਼ਰੂਰ ਵੀਡੀਓ ਹੈਗੀ ਹਾਂ, ਸਾਨੂੰ ਜ਼ਰੂਰ ਭੇਜਿਓ। ਵੇਖੋ ਜੀ, ਸ਼ਰਾਬ ਵੀ ਗੱਡੀ ਦੇ ਵਿੱਚ ਮੌਜੂਦ ਸੀਗੀ ਤੇ ਪ੍ਰਸ਼ਾਸਨ ਨੇ ਸ਼ਰਾਬ ਉਹ ਲੈ ਲਈ, ਜੇ ਆਪਾਂ ਕਹਿ ਲਈਏ ਬਰਾਮਦ ਕਰ ਲਈਆ, ਲੈ ਕੇ ਨਹੀਂ ਬੰਦਾ ਹੈਗਾ ਸੀ, ਜਾਣੀ ਕਿ ਬਾਅਦ 'ਚ ਵੀ ਅਸੀਂ ਤਾਰਨ ਦੀ ਕੋਸ਼ਿਸ਼ ਕਰਦੇ ਰਹੇ ਤਾਂ ਮੇਰੀਆਂ ਲੱਤਾਂ ਨਹੀਂ ਕੰਮ ਕਰਦੀਆਂ ਤੇ ਬਾਅਦ 'ਚ ਘੰਟੇ 2 ਘੰਟੇ ਬਾਅਦ ਆਣ ਕੇ ਪੁਲਿਸ ਜਦੋਂ ਆਈ ਆ ਤੇ ਉਹਨਾਂ ਨੇ ਆਣ ਕੇ ਕੱਢਿਆ ਇਹਨੂੰ ਬਾਹਰ, ਦੂਜਾ ਘੰਟਾ 2 ਘੰਟੇ ਗੱਡੀ ਦੇ ਵਿੱਚ ਹੀ ਬੈਠਾ ਰਿਹਾ ਉਹਨਾਂ ਨੂੰ, ਤਾਂ ਉਸ ਟਾਈਮ ਤੇ ਦੂਜਾ ਮਖੂ ਤੋਂ ਰੈਫਰ ਕਰ ਦਿੱਤਾ ਗਿਆ ਫਿਰੋਜ਼ਪੁਰ ਨੂੰ ਤੇ ਜਦੋਂ ਉਸ ਤੋਂ ਬਾਅਦ ਜਾਣੀ ਕਿ ਪੁਲਿਸ ਦੀ ਬੜੀ ਤਕੜੀ ਅਣਗਹਿਲੀ ਆ ਵੀ 8 ਵਜੇ ਦੇ ਕਰੀਬ ਅਸੀਂ 112 ਦੇ ਵੀ ਕਾਲ ਲਾਈ ਆ, ਉਹ ਵੀ ਹੋਰ ਵੀ ਅਧਿਕਾਰੀਆਂ ਨੂੰ ਫੋਨ ਲਾਇਆ ਤੇ ਜਾ ਕੇ 10 ਵਜੇ ਦੇ ਕਰੀਬ ਪੁਲਿਸ ਆਈ, 2 ਘੰਟੇ ਬਾਅਦ 2-3 ਮੁਲਾਜ਼ਮ ਆਏ, ਬਹੁਤ ਲੇਟ ਆਈ ਜਾਣੀ ਕਿ ਉਹ ਲੋਕਾਂ ਦੀ ਮਦਦ ਦੇ ਨਾਲ ਹੀ ਪਹੁੰਚਾਇਆ ਗਿਆ, ਪੁਲਿਸ ਵੱਲੋਂ ਕੋਈ ਵੀ ਨਹੀਂ ਦੂਜਾ ਵੀ ਹੈਲਪ ਵਗੈਰਾ ਦਿੱਤੀ ਗਈ। ਜੇ ਜਿੰਨਾ ਟਾਈਮ ਬਾਅਦ ਪੁਲਿਸ ਆਈ ਉਹ ਭੱਜਣ ਦੀ ਹਾਲਤ 'ਚ ਹੁੰਦਾ ਤਾਂ ਵਧੀਆ ਭੱਜ ਸਕਦਾ। ਹਾਂਜੀ ਹਾਂਜੀ ਹਾਂਜੀ, ਭੱਜ ਸਕਦਾ, ਪੁਲਿਸ ਵੱਲੋਂ ਕੋਈ ਕਦਰ ਨਹੀਂ ਰਹੀ ਭੱਜਣ ਵੱਲੋਂ ਤੇ ਉਹ ਦੂਜਾ ਜਾਣੀ ਕਿ ਨਹੀਂ ਤੁਰ ਪਾਉਂਦਾ ਤਾਂ ਕਰਕੇ ਦੂਜਾ ਵੀ ਨਹੀਂ ਭੱਜਿਆ ਗਿਆ, ਉਹ ਵਿੱਚ ਹੀ ਬੈਠਾ ਰਿਹਾ, ਵੈਸੇ ਉਹਨੂੰ ਪਾਣੀ ਪੂਣੀ ਪਿਆ ਤੇ ਬਾਕੀ ਬਿਲਕੁਲ ਸੁਰਤ 'ਚ ਨਹੀਂ ਹੈਗਾ ਬੰਦਾ। ਬਿਲਕੁਲ, ਪੁਲਿਸ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੇ ਨੰਬਰ ਪਲੇਟਾਂ ਤੋਂ ਵਿਹਲੇ ਹੋ ਗਏ ਹੋ, ਸਰਕਾਰੀ ਨੰਬਰ ਪਲੇਟਾਂ ਹਰ ਰੋਜ਼ ਚੈੱਕ ਕਰਦੇ ਹੋ, ਚਲੋ ਚੰਗੀ ਗੱਲ ਹੈ, ਕਰਨੀਆਂ ਵੀ ਚਾਹੀਦੀਆਂ ਨੇ, ਪਰ ਇਹ ਸਿਰਫ ਸ਼ੋਸ਼ੇਬਾਜ਼ੀਆਂ ਹੀ ਨਜ਼ਰ ਆਉਂਦੀਆਂ ਨੇ, ਕਿਉਂਕਿ ਜਦੋਂ ਸੜਕਾਂ ਦੇ ਉੱਤੇ ਅਜਿਹੇ ਸ਼ਰਾਬੀ ਵਿਅਕਤੀ, ਅਜਿਹੇ ਜਿਹੜੇ ਲੱਤਾਂ ਤੋਂ ਆਪਾਂ ਕਹਿ ਲਈਏ
हैंडीकैप्ड व्यक्ति जदों गड्डियां चला रहे हैं तो फिर तुहाडियां नंबर प्लेटां चैक कीतियां दे कोई मायने नहीं रह जाते, तुहाडे कागज चैक कीतियां दे कोई मायने नहीं रह जाते, क्योंकि सड़कां दे उत्ते मौत नचदी होई साफ नज़र दे रही है, जिवें वीर जी होना ने भी दस्या है। संगत जी, प्रोग्राम नूं वध तों वध शेयर करियो, वध तों वध अपने विचार भी कमेंटां दे विच सांझे जरूर करियो करो, क्योंकि अजिहे मुद्दे अजिहियां गल्लां अजिहियां खबरां हर पिंड पिंड की कहानी है। जदों कोई मंदभागी घटना वापर जाती है उस तो बाद भी पुलिस प्रशासन जां सरकार आपां कह लईए जागदी होई नज़र नहीं आउंदी। सरकार नूं कट्ठे होकर रल मिल के जगाउण की कोशिश जरूर करिए। प्रोग्राम नूं वध तों वध शेयर करो, अपने विचार कमेंटां दे विच साडे नाल सांझे भी जरूर करो। मैनूं दिओ इजाजत, जल्द होर मुद्दे ते होर शख्सियत नूं लैके रूबरू होवांगा। दिओ इजाजत, वाहिगुरू जी का खालसा, वाहिगुरू जी की फतेह।